ਬੁੜਾ ਬਾਬਾ ਬਕਤੋਰਾ ਬੜੇ ਦਿਨਾਂ ਬਾਅਦ ਸ਼ਹਿਰ ਗਿਆ ਸੀ। ਇੱਕ ਹੱਥ 'ਚ ਖੁੰਡਾ ਅਤੇ ਦੂਜੇ 'ਚ ਸੌਦਿਆਂ ਦਾ ਭਰਿਆ ਚੋਲਾ ਚੱਕੀ ਉਹ ਇੱਕ ਪਾਸਿਓਂ ਪੈਰ ਦੱਬਦਾ ਤੁਰਿਆ ਜਾ ਰਿਹਾ ਸੀ। ਸਾਈਕਲਾਂ ਦੀ ਦੁਕਾਨ ਕੋਲੋਂ ਲੰਘਦਿਆਂ ਪੋਤੇ ਨਾਲ ਕੀਤਾ ਵਾਅਦਾ ਯਾਦ ਆ ਗਿਆ ਅਤੇ ਮੂੰਹ 'ਚ ਭਿੱਜੇ ਨੇ ਪੋਤੇ ਦਾ ਉਲਾਂਭਾ ਵੀ ਲਾ ਤਾ। ਬੱਸ ਅੱਡੇ ਪਹੁੰਚ 2 ਕਿਲੋ ਸਿਉਂ ਲੈ ਕੇ ਉਹ ਬੱਸ 'ਚ ਪਿਛਾਂਹ ਵਾਲੀ ਸੀਟ 'ਤੇ ਬੈਠ ਗਿਆ ਅਤੇ ਬੱਸ ਤੁਰਨ ਦੀ ਉਡੀਕ ਕਰਨ ਲੱਗਾ। ਡਰਾਈਵਰ ਨੇ ਗੇਅਰ ਪਾ ਰੇਸ 'ਤੇ ਪੈਰ ਨੱਪਿਆ ਹੀ ਸੀ ਕਿ 2 ਕਾਲਜੀਏਟ ਗੱਭਰੂ ਭੱਜ ਕੇ ਆਣ ਬੱਸ 'ਚ ਚੜ੍ਹ ਗਏ ਅਤੇ ਬਾਬੇ ਤੋਂ ਮੂਹਰਲੀ ਸੀਟ 'ਤੇ ਬੈਠ ਗਏ। ਉਹਨਾਂ ਬਾਬੇ ਵੱਲ ਕੋਈ ਧਿਆਨ ਨਹੀਂ ਦਿੱਤਾ, ਪਰ ਬਾਬੇ ਨੇ ਪਛਾਣ ਲਏ ਕਿ ਕਾਕੇ ਉਸਦੇ ਪਿੰਡ ਦੇ ਨੇ ਅਤੇ ਪੜ੍ਹਨ ਕਾਰਨ ਸ਼ਹਿਰ ਹੋਸਟਲ 'ਚ ਰਹਿੰਦੇ ਨੇ। ਕੰਡਕਟਰ ਟਿਕਟਾਂ ਘੱਟ ਮੁੜ ਗਿਆ ਅਤੇ ਮੁੰਡੇ ਗੱਲਾਂ ਵਿੱਚ ਰੁੱਝ ਗਏ। ਬਾਬੇ ਦਾ ਕੰਨ ਵੀ ਉਹਨਾਂ ਵੱਲ ਸੀ ਅਤੇ ਇੱਕ ਕਹਿ ਰਿਹਾ ਸੀ, ਬਈ ਇਸ ਵਾਰ ਬੁੜੇ ਨੂੰ ਕਹਿ ਦੇਣਾ ਵੀ 5000 'ਚ ਪੂਰਾ ਨਹੀਂ ਪੈਂਦਾ, ਜੇ ਪੜਾਉਣਾ ਤਾਂ ਖਰਚਾ ਪੂਰਾ ਦਿਆ ਕਰੋ। ਅਤੇ ਦੂਜੇ ਨੇ ਮੱਤ ਦਿੱਤੀ ਵੀ ਬੁੜੇ ਨੂੰ ਕਹੀ 1 ਟਿਊਸ਼ਨ ਵੱਧ ਲੱਗਦੀ, ਨਾਲੇ ਬੋਤਲ ਦਾ ਸਰ ਦਿਆ ਕਰੋ। ਬਾਬਾ ਸਭ ਸੁਣਦਾ ਪਿਆ ਸੀ, ਬਾਕੀ ਗੱਲਾਂ ਵੱਲ ਉਹਨੇ ਬਹੁਤਾ ਧਿਆਨ ਨਹੀਂ ਦਿੱਤਾ, ਪਰ ਬੁੜਾ ਸ਼ਬਦ ਉਹਨੂੰ ਤੀਰ ਵਾਂਗੂ ਲੱਗਿਆ ਸੀ। ਉਹ ਮੁੰਡਿਆਂ ਦੀ ਛੋਟੀ ਸੋਚ 'ਤੇ ਹੱਸਿਆ ਵੀ ਅਤੇ ਮਨ ਹੀ ਮਨ ਆਪਣੇ ਜਹਾਨੋਂ ਤੁਰ ਗਏ ਬਾਪੂ ਨੂੰ ਯਾਦ ਵੀ ਕੀਤਾ। ਪਿੰਡ ਆ ਗਿਆ ਸੀ ਅਤੇ ਬੱਸ 'ਚੋਂ ਉਤਰ ਬਾਬੇ ਨੇ ਘਰ ਵੱਲ ਚਾਲੇ ਪਾ ਦਿੱਤੇ। ਜਦੋਂ ਘਰ ਕੋਲ ਪਹੁੰਚਿਆ ਤਾਂ ਬੀਹੀ ਨਾਲ ਲੱਗਦੀ ਸਬਾਤ ਦੀ ਬਾਰੀ 'ਚੋਂ ਉਹਨੂੰ ਛੋਟੀ ਨੂੰਹ ਦੀ ਆਵਾਜ਼ ਸੁਣੀ ਕਿ ਬੁੜਾ ਸਵੇਰ ਦਾ ਗਿਆ ਮੁੜਿਆ ਹੀ ਨਹੀਂ। ਜਦੋਂ ਅੰਦਰ ਗਿਆ ਤਾਂ ਦੇਖਿਆ ਵੀ ਛੋਟਾ ਪੋਤਾ ਵੀ ਆਪਣੀ ਮਾਂ ਕੋਲ ਖੇਡ ਰਿਹਾ ਸੀ। ਹੁਣ ਉਹ ਸਮਝ ਗਿਆ ਕਿ ਅਸਲੀ ਕਸੂਰਵਾਰ ਕੌਣ ਹੈ, ਕਿਉਂਕਿ ਬੱਚੇ ਤਾਂ ਕੋਰੇ ਕਾਗਜ਼ ਹੁੰਦੇ ਨੇ।